ਹੁਣੇ ਹੀ ਸਾਰੀਆਂ ਥਾਵਾਂ ਤੇ ਜਿਹੜੀਆਂ ਵੋਟਿੰਗ ਮਸ਼ੀਨਾਂ ਪਈਆਂ ਨੇ ਚੈੱਕ ਕਰਕੇ ਆਇਆ ਹੈਗਾ, ਮਿੰਦਰਾ ਕਾਲਜ, ਪੋਲੋ ਗਰਾਊਂਡ, ਥਾਪਰ ਕਾਲਜ, ITI ਤੇ ਹੋਰ ਦੋ ਥਾਵਾਂ ਤੇ ਚੈੱਕ ਕਰ ਗਿਆ ਹੈ। ਹਰ ਪਾਸੇ ਤਾਲੇ ਲੱਗੇ ਹੋਏ ਆ, ਉੱਪਰੋਂ ਸੀਲਾਂ ਲੱਗੀਆਂ ਹੋਈਆਂ ਹੈ, ਅੰਦਰ ITBP ਦਾ ਪਹਿਰਾ ਹੈਗਾ, ਬਾਹਰ ਸੈਕਿੰਡ ਸਰਕਲ ਪੰਜਾਬ ਪੁਲਿਸ ਦਾ ਹੈਗਾ ਹੈ, SDM ਉੱਥੇ ਸਾਰੇ ਬੈਠੇ ਹੋਏ ਨੇ। ਸੋ ਮੈਨੂੰ ਸੱਲੀ ਬਖਸ਼ ਮੈਨੂੰ ਪ੍ਰਬੰਧ ਲੱਗੇ ਨੇ ਜੀ। ਸਿਰਫ ਕਾਊਂਟਿੰਗ ਦੌਰਾਨ ਬਹੁਤ ਵਾਰ ਹੋਇਆ ਕਿ ਜਦੋਂ ਥੋੜੀ ਜਿਹੀ ਕਾਊਂਟਿੰਗ ਰਹਿ ਗਈ, ਇੱਕ ਨੂੰ ਡਿਕਲੇਅਰ ਕਰ ਦਿੰਦੇ ਆ ਸਿਲੈਕਟ ਹੋ ਗਿਆ ਸੈਲ, ਉਸ ਦਾ ਇੰਨਾ ਰੌਲਾ ਪੈ ਜਾਂਦਾ ਕਿ ਦੂਜੇ ਬੰਦੇ ਨੂੰ ਗੱਲ ਕਰਨ ਦਾ ਟਾਈਮ ਹੀ ਨਹੀਂ ਮਿਲਦਾ। ਇਸ ਕਰਕੇ ਜੇ ਸਾਡੇ ਕਾਊਂਟਿੰਗ ਏਜੰਟ ਸਾਡੇ ਤਰਕ ਨੇ, ਚੇਤਨ ਨੇ, ਉਹਨਾਂ ਨੂੰ ਪਤਾ ਕਿ ਭਾਜਪਾ ਕੀ ਕੁਝ ਕਰ ਸਕਦੀ ਹੈ, ਤਾਂ ਉਹ ਇਸ ਵੱਲ ਤੋਂ ਚੌਕਸ ਰਹਿਣਗੇ, ਇਹ ਵਾਪਰ ਨਹੀਂ ਦੇਣਗੇ। ਆਪਣਾ ਕੰਮ ਠੀਕ ਕਰੂਗੀ ਤੇ EVM ਚ ਨਹੀਂ ਅਜੇ ਹੇਰਾ ਫੇਰੀ ਹੈਗੀ ਹੈ ਤੇ ਹਾਲਾਂਕਿ ਸ਼ੰਕੇ ਬਹੁਤ ਨੇ, ਪਰ ਸਾਡੇ ਕੋਲ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈਗਾ ਕਿ ਹਾਲਾਂਕਿ EVM ਸਾਰੀ ਦੁਨੀਆ ਕਹਿੰਦੀ ਹੈ EVM ਮੈਨੂਪੁਲੇਟ ਹੋ ਸਕਦੀ ਹੈ, ਇਹ ਵੀ ਇੱਕ ਇਲੈਕਟ੍ਰੋਨਿਕ ਮਸ਼ੀਨ ਹੈਗੀ ਹੈ, ਇਹ ਮੈਨੂਪੁਲੇਟ ਹੋ ਸਕਦੀ ਹੈਗੀ ਹੈ, ਪਰ ਸਾਡੇ ਕੋਲ ਪੱਕਾ ਪ੍ਰੂਫ ਨਾ ਹੋਣ ਕਰਕੇ ਔਰ ਸੁਪਰੀਮ ਕੋਰਟ ਵੱਲੋਂ ਇਸ ਦਾ ਨਿਬੇੜਾ ਹੋਣ ਤੋਂ ਬਾਅਦ ਕਿ EVM ਤੇ ਕੋਈ ਹੁਣ ਸਵਾਲ ਨਹੀਂ ਖੜਾ ਹੋ ਸਕਦਾ ਇਸ ਸਟੇਜ ਤੇ, ਔਰ ਇਹ EVM ਹੀ ਚੋਣਾਂ ਕਰਾਊਗੀ, ਸਾਡੇ ਕੋਲ ਰਸਤਾ ਨਹੀਂ ਹੈ ਕਿ ਅਸੀਂ EVM ਤੇ ਭਰੋਸਾ ਕਰੀਏ। ਦੇਖੋ ਵਿਦੇਸ਼ੀ ਤਾਕਤ ਹਮੇਸ਼ਾ ਹੀ ਕਿਸੇ ਨਾ ਕਿਸੇ ਮੁਲਕ ਵਿੱਚ, ਈਵਨ ਅਮਰੀਕਾ ਤੱਕ ਜਿਹੜੀਆਂ ਚੋਣਾਂ 'ਚ ਪੈਸਾ ਰੂਸ ਦਾ ਲੱਗਦਾ ਰਿਹਾ, ਚੀਨ ਦਾ ਲੱਗਦਾ ਰਿਹਾ, ਵਿਦੇਸ਼ਾਂ ਵਿੱਚ ਇੰਟਰਸਟ ਹੁੰਦਾ ਹਰ ਵਿਦੇਸ਼ੀ ਤਾਕਤ ਦਾ, ਹਰ ਵਿਦੇਸ਼ੀ ਤਾਕਤ ਦਾ ਹਮੇਸ਼ਾ ਇੰਟਰਸਟ ਵੀ ਹੁੰਦਾ, ਉਹਦਾ ਹੱਥ ਵੀ ਹੁੰਦਾ ਹੈਗਾ। ਇੱਥੇ ਕੰਕਰੀਟ ਠੋਸ ਰੂਪ 'ਚ ਕਹਿਣਾ ਕਿ ਇੱਥੇ ਫਲਾਨੀ ਵਿਦੇਸ਼ੀ ਤਾਕਤ ਦਾ ਹੱਥ ਹੈ, ਮੈਂ ਕਹਿਣ ਨੂੰ ਤਿਆਰ ਨਹੀਂ ਹੈਗਾ। ਇੰਨਾ ਪਤਾ ਕਿ ਭਾਜਪਾ ਸੱਤਾ 'ਚ ਬਣੇ ਰਹਿਣ ਵਾਸਤੇ ਕੁਛ ਵੀ ਕਰ ਸਕਦੀ ਹੈ, ਜਿਹੜੀ ਚੰਡੀਗੜ੍ਹ ਦੀਆਂ 36 ਵੋਟਾਂ 'ਚ 8 ਵੋਟਾਂ ਦੀ ਹੇਰਾਫੇਰੀ ਕਰ ਸਕਦੀ, ਦਿਨ ਦਿਹਾੜੇ ਉਸ ਪਾਰਟੀ ਕੋਲੋਂ ਕੁਛ ਵੀ ਉਮੀਦ ਕੀਤੀ ਜਾ ਸਕਦੀ ਹੈ। ਨਹੀਂ, ਚੋਣ ਕਮਿਸ਼ਨ ਹੈ ਕਿ ਜੋ ਮੋਦੀ ਸਾਹਿਬ ਨੇ ਜੋ ਇਹਨਾਂ ਨੇ ਪ੍ਰਚਾਰ ਕੀਤਾ, ਪ੍ਰਚਾਰ ਦੌਰਾਨ ਜਿਹੜੀ ਸ਼ਬਦਾਵਲੀ ਵਰਤੀ ਹੈ ਮੁਸਲਿਮ ਭਾਈਚਾਰੇ ਦੇ ਖਿਲਾਫ ਔਰ ਕਾਂਗਰਸ ਦੇ ਖਿਲਾਫ, ਇਹ ਮੁਸਲਿਮ ਲੀਗ ਦਾ ਮੈਨੀਫੈਸਟੋ ਹੈਗਾ, ਇਹ ਤੁਹਾਡੀਆਂ ਮੈਸਾਂ ਵੇਚ ਦੇਣਗੇ, ਇੱਕ ਇੱਕ ਮੈਸ ਖੋਲ ਕੇ ਲੈ ਜਾਣਗੇ, ਤੁਹਾਡਾ ਮੰਗਲ ਸੂਤਰ ਲੈ ਜਾਣਗੇ ਔਰ ਸਾਰਾ ਧਨ ਜਿਹੜਾ ਹੈਗਾ ਇਹ ਮੁਸਲਮਾਨਾਂ ਨੂੰ ਵੰਡ ਦੇਣਗੇ, ਜਿਵੇਂ ਬਹੁਤੇ ਬੱਚੇ ਹੁੰਦੇ। ਮਤਲਬ ਕੀ ਹੈ, ਬਹੁਤੇ ਬੱਚੇ ਦਾ ਪਤਾ ਹੀ ਭਾਅ, ਕਦੀ ਕਹਿੰਦੇ ਪਹਿਰਾਵੇ 'ਚ ਪਹਿਚਾਣੇ ਜਾਂਦੇ ਹੈ, ਕਦੀ ਕਹਿੰਦੇ ਬਹੁਤੇ ਬਹੁਤੇ ਬੱਚੇ, ਭਾਵੇਂ ਮੁਸਲਿਮ ਕਮਿਊਨਿਟੀ ਦੇ, ਜਿਹੜੇ ਇੰਨੇ ਰੇਸ਼ੀਅਲ, ਇੰਨੇ ਰਿਲੀਜੀਅਸ ਰਿਮਾਰਕ ਕੀਤੇ ਹੈਗੇ, ਇਲੈਕਸ਼ਨ ਕਮਿਸ਼ਨ ਸ਼ਿਕਾਇਤਾਂ ਕੀਤੀਆਂ ਗਈਆਂ, ਇੱਕ ਵੀ ਵਾਰਨਿੰਗ ਮੋਦੀ ਸਾਹਿਬ ਨੂੰ ਨਹੀਂ ਦਿੱਤੀ ਗਈ, ਜਦਕਿ ਦੂਜਿਆਂ ਨੂੰ ਇੱਕ ਤੋਂ ਬਾਅਦ ਦੂਜੀ ਵਾਰਨਿੰਗ ਦੇ ਦਿੱਤੀ ਜਾਂਦੀ ਹੈ। ਸੋ ਇਸ ਤੋਂ ਅਸੀਂ ਜਾਤੀਵਾਦ ਦੇ ਕੋਈ ਰਾਜਨੀਤੀ ਕਰਦੇ, ਨਾ ਧਰਮਵਾਦ ਤੇ ਕਰਦੇ, ਧਰਮ ਨਾਂ ਤੇ, ਮੰਦਰ ਦੇ ਨਾਂ ਤੇ, ਔਰ ਇਹ ਕਹਿਣਾ ਹਨੂੰਮਾਨ ਦੇ ਨਾਂ ਤੇ, ਜੈ ਹਨੂੰਮਾਨ ਕਹਿ ਕੇ ਵੋਟਾਂ ਮੰਗਣੀਆਂ, ਇਹ ਮੰਦਰ ਦੇ ਨਾਂ ਤੇ ਵੋਟਾਂ ਮੰਗਣੀਆਂ, ਕਾਂਗਰਸ ਕਦੀ ਮੰਦਰ ਦੇ ਨਾਂ ਤੇ, ਕਦੀ ਗੁਰਦੁਆਰੇ ਦੇ ਨਾਂ ਤੇ, ਕਦੀ ਧਰਮ ਦੇ ਨਾਂ ਤੇ ਵੋਟਾਂ ਕਦੀ ਨੀ ਮੰਗਦੀ। ਇਹ ਜ਼ਰੂਰ ਕਹਿੰਦੀ ਜਿਹੜੇ ਪਸਵਾਂਦਾ ਲੋਕ ਹੈਗੇ, ਚਾਹੇ ਉਹ ਘੱਟ ਗਿਣਤੀ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈਗਾ, ਸਭ ਦਾ ਫਾਇਦਾ ਹੋਣਾ ਚਾਹੀਦਾ। ਕਾਂਗਰਸ ਦਾ ਚੋਣ ਮੋਲ ਪੱਤਰ ਵੀ ਇਹੀ ਕਹਿੰਦਾ ਕਿ ਪਸਵਾਂਦਾ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ, ਉਹ 'ਚ ਕੁਦਰਤੀ ਗੱਲ ਹੈ, ਮੁਸਲਮਾਨ ਵੀ ਪਸਵਾਂਦਾ ਹੈਗੇ, ਹਿੰਦੂ ਵੀ ਪਸਵਾਂਦਾ ਹੈਗੇ। ਦੇਖੋ ਜੀ, ਪੈਸੇ ਵੰਡਣ ਦਾ ਰੌਲਾ ਬਹੁਤ ਹੈ, ਸਾਨੂੰ ਵੀ ਟੈਲੀਫੋਨ ਬਹੁਤ ਆਉਂਦੇ, ਪਰ ਕਿਉਂਕਿ ਮੇਰੇ ਕੋਲ ਸਬੂਤ ਕੋਈ ਨਹੀਂ, ਮੈਂ ਇਹਨੂੰ ਅਥੈਂਟੀਕੇਟ ਨਹੀਂ ਕਰਦਾ, ਮੈਂ ਇਹਦਾ ਮੈਂ ਇਹਨੂੰ ਮਤਲਬ ਇਹਨੂੰ ਠੋਸ ਰੂਪ ਨਹੀਂ ਦਿੰਦਾ ਆਪਣੀ ਸ਼ਿਕਾਇਤ ਵਿੱਚ, ਨਾ ਅਸੀਂ ਇਹਨੂੰ ਇਹ ਵੀ ਸਮਾਣੇ, ਇਹਨਾਂ ਨੇ ਇੱਕ ਇੱਕ ਮੰਦਿਰ ਦਾ ਪ੍ਰਸ਼ਾਦ ਅਯੋਧਿਆ ਤੋਂ ਆਇਆ ਹੋਇਆ ਪਰਸੋਂ ਸਮਾਣੇ ਵੰਡਿਆ, ਘਰ ਘਰ ਵੰਡਿਆ, ਇਹ ਵੀ
ਧਰਮ ਨੂੰ ਵਰਤਣ ਵਾਲੀ ਗੱਲ ਹੈਗੀ ਹੈ ਵੋਟਾਂ ਵਾਸਤੇ। ਇਹ ਤੋਂ ਮੰਦਰ ਪ੍ਰਸਾਦ ਹੋਰ ਚੀਜ਼ ਹੈ, ਵੋਟਾਂ ਮੰਗਣੀਆਂ ਹੋਰ ਗੱਲ ਹੈਗੀਆਂ, ਉਹਨੂੰ ਦੋਹਾਂ ਨੂੰ ਜੋੜ ਕੇ ਮੰਗਣਾ ਇਹ ਵੀ ਜਿਹੜੀ ਮਾਡਲ ਕੋਡ ਆਫ ਕੰਡਕਟ ਹੈ ਉਹਦੀ ਉਲੰਘਣਾ ਹੈਗੀ ਹੈ। ਵੈਸੇ ਹਾਂਜੀ ਭਾਜਪਾ ਵੱਲੋਂ ਵੰਡਿਆ ਗਿਆ ਸਾਡੀ ਪੋਜੀਸ਼ਨ ਨੰਬਰ ਇੱਕ ਤੇ ਹੈਗੀ ਹੈ। ਦੂਜੀ ਤੀਜੀ ਚੌਥੀ ਪੋਜੀਸ਼ਨ ਦੀ ਲੜਾਈ ਹੈਗੀ ਹੈ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦੀ, ਇਹਨਾਂ ਦੀ ਲੜਾਈ ਹੈ। ਸਾਡੀ ਕੋਈ ਲੜਾਈ ਨੀ ਹੈਗੀ, ਅਸੀਂ ਬਹੁਤ ਉੱਪਰ ਇਹਨਾਂ ਤੋਂ। ਔਰ ਸਾਨੂੰ ਘੱਟੋ ਘੱਟ ਮਤਲਬ ਮੈਂ ਇਹਨੂੰ ਵਧਾ ਕੇ ਕਹਿ ਲਓ ਮੇਰੀ ਜਜਮੈਂਟ ਹੈ, ਕਿਉਂਕਿ ਮੈਂ ਫੀਲਡ 'ਚ ਰਿਹਾ, ਮੈਂ ਸੈਂਕੜੇ ਪਿੰਡ ਘੁੰਮਿਆ, 15 ਸ਼ਹਿਰ ਘੁੰਮਿਆ ਹੈਗਾ, ਦਿਨ ਰਾਤ ਘੁੰਮਿਆ ਹੈਗਾ, ਲੋਕਾਂ ਨੂੰ ਵਿਚਾਰ ਲੋਕਾਂ ਨੂੰ ਮਿਲਿਆ ਹੈਗਾ, ਸਿੱਧਾ ਮੇਰਾ ਡਾਇਰੈਕਟ ਇੰਟੈਕਟ ਹੈ। ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ, ਮੇਰਾ ਅਹਿਸਾਸ ਹੈ ਕਿ ਅਸੀਂ ਘੱਟੋ ਘੱਟ 1 ਲੱਖ ਦੇ ਵੋਟਾਂ ਦੇ ਮਾਰਜਨ ਤੇ ਸੀਟ ਜਿੱਤਾਂਗੇ। ਪੱਕਾ ਜੀ ਪੱਕਾ, ਗੇਮ ਵੀ ਹੈਗੀ ਹੈ, ਤਾਂ ਕਿ ਅਰਬਾਂ ਰੁਪਏ ਲੱਗੇ ਹੋਏ ਨੇ ਲੋਕਾਂ ਨੇ ਸੱਤਾ ਬਾਜ਼ਾਰ 'ਚ, ਅਰਬਾਂ ਰੁਪਏ ਲੱਗੇ ਨੇ ਸ਼ੇਅਰ ਮਾਰਕੀਟ 'ਚ। ਇਹਨਾਂ ਨੇ ਦੋ ਦਿਨ ਸਕੀਮ ਹੈ ਸ਼ੇਅਰ ਮਾਰਕੀਟ ਡਿੱਗੇ ਨਾ, ਛੋਟਾ ਹਊਆ ਖੜਾ ਕੀਤਾ ਜਾਵੇ ਤਾਂ ਕਿ ਸ਼ੇਅਰ ਮਾਰਕੀਟ ਕਰੈਸ਼ ਨਾ ਹੋਵੇ। ਸ਼ੇਅਰ ਮਾਰਕੀਟ ਕਰੈਸ਼ ਦਾ ਮਤਲਬ ਹੈ ਕਿ ਸਰਕਾਰ ਜਾ ਰਹੀ ਹੈਗੀ, ਉਹਨੂੰ ਬਣਾਈ ਰੱਖਣ ਵਾਸਤੇ ਇੰਨਾ ਪੈਸਾ ਪੰਪ ਇਨ ਕੀਤਾ ਹੈਗਾ ਕੁਮਾਰ ਮੰਗਲ ਬਿਰਲਾ ਨੇ, ਅਡਾਨੀ ਨੇ, ਅੰਬਾਨੀ ਨੇ, ਪਿਛਲੇ ਇੱਕ ਹਫ਼ਤੇ 'ਚ ਬਹੁਤ 20,000 ਕਰੋੜ ਰੁਪਇਆ ਇਨਵੈਸਟ ਕੀਤਾ ਹੈਗਾ ਸ਼ੇਅਰ ਮਾਰਕੀਟ ਨੂੰ ਫਲੋਟ ਕਰਨ ਵਾਸਤੇ, ਉਹਦਾ ਬੁਲਬੁਲਾ ਬਣਾ ਕੇ ਰੱਖਣ ਵਾਸਤੇ। ਸੋ ਇਹ ਸ਼ੇਅਰ ਮਾਰਕੀਟ, ਸੱਟਾ ਬਾਜ਼ਾਰ ਤੇ ਸਰਕਾਰ ਦੀ ਮਿਲੀ ਜਿਹੜੀ ਮਿਲੀ ਭੁਗਤ ਹੈਗੀ ਹੈ, ਉਹਦਾ ਨਤੀਜਾ ਹੈਗਾ ਕਿਹੜਾ ਐਗਜ਼ਿਟ ਪੋਲ ਹੈਗੇ ਇੰਨੇ ਵਧਾ ਕੇ ਦਿਖਾਏ ਜਾ ਰਹੇ ਹੈ, ਤਾਂ ਕਿ ਵਿਰੋਧੀ ਪੱਖ ਦੇ ਖੇਮੇ ਵਿੱਚ ਖਲਬਲੀ ਮੱਚ ਸਕੇ, ਘਬਰਾਹਟ ਪੈਦਾ ਹੋਵੇ, ਔਰ ਉਹ ਮਤਲਬ ਉਹਨਾਂ ਬੇਦਿਲੀ ਹੋ ਕੇ ਉਹ ਜਿਹੜਾ ਚੋਣ ਪ੍ਰਕਿਰਿਆ ਹੈਗੀ ਹੈ, ਜਿਹੜੀ ਕਾਊਂਟਿੰਗ ਪ੍ਰਕਿਰਿਆ ਹੈਗੀ ਉਹਦੇ ਧਿਆਨ ਨਾਲ ਕਿੱਧਰ ਧਿਆਨ ਨਾਲ ਜਾਵੇ, ਉਹ ਡਰ ਉਹ ਸਹਿਮ ਜਾਣ, ਉਹ ਧਿਆਨ ਉਹਦਾ ਇੰਟਰਸਟ ਉਹਦਾ ਖਤਮ ਹੋ ਜਾਵੇ। ਨਹੀਂ ਬੈਨ ਤਾਂ ਨਹੀਂ ਲਾਉਣਾ ਚਾਹੀਦਾ, ਜਿਹੜੇ ਗੈਰ ਵਿਗਿਆਨਕ ਢੰਗ ਨਾਲ ਕੀਤੇ ਜਾਂਦੇ ਨੇ, ਔਰ ਜਿਹੜੇ ਮਤਲਬ ਇੱਕ ਜਿਹੜਾ ਪ੍ਰੋਟੋਕੋਲ ਹੈ ਐਗਜ਼ਿਟ ਪੋਲ ਕਰਨ ਦਾ, ਜੇ ਉਹਦੀ ਕੋਈ ਉਲੰਘਣਾ ਕਰਦਾ ਹੈਗਾ ਤਾਂ ਉਹਨੂੰ ਅਲਾਓ ਨਹੀਂ ਕੀਤਾ ਜਾਊਗਾ। ਜੇ ਕੋਈ ਸਾਇੰਟਿਫਿਕ ਢੰਗ ਨਾਲ ਜਿਵੇਂ ਐਗਜ਼ਿਟ ਪੋਲ ਸਾਇੰਟਿਫਿਕ ਢੰਗ ਨਾਲ ਕਰਦੇ ਹੈਗੇ, ਔਰ ਆਮ ਤੌਰ ਤੇ 99% ਠੀਕ ਨਿਕਲਣੇ ਚਾਹੀਦੇ ਹੈਗੇ, ਪਰ ਇਸ ਐਗਜ਼ਿਟ ਪੋਲ 70% ਗਲਤ ਨਿਕਲ ਰਹੇ ਨੇ, ਗਲਤ ਆਏ ਨੇ, ਵੱਡੇ ਵੱਡੇ ਪੋਲ ਗਲਤ ਆਏ ਨੇ। ਔਰ ਖਾਸ ਤੌਰ ਜਿਹੜੀ ਮੇਰੀ ਫਿਤਰਤ ਹੈ ਬੀਜੇਪੀ ਦੀ ਗੈਰ ਜਮਹੂਰੀ ਧੱਕਾ ਕਰਨ ਦੀ, ਜੇਨ ਕੇਨ ਪ੍ਰਾਕਰੇਨ ਜੈਸੇ ਕੈਸੇ ਤੈਸੇ ਸੱਤਾ 'ਚ ਬਣੇ ਰਹਿਣ ਦੀ, ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੇ ਸੂਰਤ ਦਾ ਜਿਹੜਾ ਇਲੈਕਸ਼ਨ ਹੋਇਆ ਹੈਗਾ ਜਾਂ ਖਜਾਹੋ ਦਾ ਇਲੈਕਸ਼ਨ ਹੋਇਆ, ਇਹ ਜਿਹੜੀ ਦੂਜੇ ਪਾਰਟੀ ਨੂੰ ਪੇਪਰ ਨਹੀਂ ਫਾਈਲ ਕਰ ਦਿੱਤੇ, ਸਭ ਦੇ ਵਾਪਸ ਇਕੱਲਾ ਬੀਜੇਪੀ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਹੀ ਜਿਤਾ ਕੇ ਬਹਿ ਗਏ। ਜਿਹੜੀ ਇਹ ਖਸਲਤ ਹੈਗੀ ਹੈ, ਜਿਹੜੀ ਨਸਲ ਹੈਗੀ ਹੈ ਬੀਜੇਪੀ ਦੀ, ਉਦੋਂ ਜ਼ਾਹਰ ਹੁੰਦਾ ਕਿ ਕੁਛ ਵੀ ਸੱਤਾ 'ਚ ਬਣੇ ਰਹਿਣ ਵਾਸਤੇ ਕਰ ਸਕਦੀ ਹੈ, ਕਿਉਂਕਿ ਜਿੰਨੇ ਪਾਪ ਬੀਜੇਪੀ ਨੇ 10 ਸਾਲ 'ਚ ਕੀਤੇ ਹੈਗੇ, ਜੇ ਸੱਤਾ ਤੋਂ ਬਾਹਰ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ, ਇੱਦਾਂ ਦੇ ਸਕੈਂਡਲ ਬਾਹਰ ਆਉਣਗੇ ਪੀਐਮ ਕੇਅਰ ਫੰਡ ਤੋਂ ਲੈ ਕੇ ਬਾਕੀ ਬਹੁਤ ਸਾਰੇ, ਜੋ ਮੁਲਕ ਵੇਚਿਆ ਗਿਆ, ਕਿਸ ਭਾਅ ਵੇਚਿਆ ਗਿਆ, ਕੌਣ ਕੌਣ ਭਗੌੜਾ ਹੋਇਆ, ਕਿਹਨੂੰ ਕੋਈ ਰਹਿਤ ਦਿੱਤੀਆਂ, ਬਹੁਤ ਵੱਡਾ ਸਕੈਂਡਲ ਦਾ ਬਾਹਰ ਆਊਗਾ। ਉਹ ਤੋਂ ਬਚਣ ਵਾਸਤੇ ਇਹ ਸਾਰਾ ਕੁਛ ਉਪਰਾਲੇ ਕਰ ਰਹੀ ਹੈ। ਇਹਦਾ ਆਖਰੀ ਹਥਿਆਰ ਹੈਗਾ, ਐਗਜ਼ਿਟ ਪੋਲ। 4 ਤਰੀਕ ਨੂੰ ਇਹ ਜਿਹੜਾ ਗੁਬਾਰਾ ਸੀ ਉਹ ਵੀ ਫੁੱਟ ਜਾਣਾ ਹੈਗਾ, ਔਰ 4 ਤਰੀਕ ਨੂੰ ਤੁਹਾਡੇ ਤੁਸੀਂ ਵੀ ਸੁਣੋਗੇ, ਅਸੀਂ ਵੀ ਸੁਣਾਂਗੇ ਕਿ ਅਸਲੀਤ ਲੋਕਾਂ ਦੇ ਸਾਹਮਣੇ ਕੀ ਬੀਜੇਪੀ ਨਾਲ।
ਪੰਜਾਬ ਪਹਿਲੇ ਬੀਜੇਪੀ ਤੋਂ ਬਾਹਰ ਹੈਗਾ, ਉਹਨਾਂ ਨੂੰ ਪਤਾ ਸਾਡੀ ਪੰਜਾਬ ਨਾਲ ਕਦੀ ਬਣਨੀ ਨਹੀਂ ਹੈਗੀ, ਸੋ ਇੱਥੇ ਉਹਨਾਂ ਨੂੰ ਮੈਨੀਪੁਲੇਟ ਕਰਨ ਦੀ ਲੋੜ ਨਹੀਂ ਸੀ। ਜਿੱਥੇ ਕਰਨਾ ਸੀ ਮੈਨੀਪੁਲੇਟ ਕਰਨਾਟਕਾ 'ਚ, ਯੂਪੀ 'ਚ, ਬੰਗਾਲ 'ਚ ਔਰ ਮਹਾਰਾਸ਼ਟਰ, ਜਿੱਥੇ ਵੱਡੀਆਂ ਸੱਟਾਂ ਵੱਜੀਆਂ ਸੀਗੀਆਂ ਉੱਥੇ ਨਹੀਂ ਮੈਨੀਪੁਲੇਟਡ ਬੋਲ ਦਿੱਤੇ ਹੈਗੇ। ਮੈਨੀਪੁਲੇਟ ਹੈਗੇ ਗਾਂਧੀ ਜੀ, ਤੁਸੀਂ ਜਿਹੜਾ ਤੁਹਾਡੀ ਇੰਡੀਆ ਜੋ ਗਠਜੋੜ ਦੇ ਸਾਥੀ ਨਾਲ ਵੀ ਕੇਜਰੀਵਾਲ ਕਾਂਗਰਸ ਜਿਹੜਾ ਸੰਸਦ ਦੇ ਵਿੱਚ ਆ ਰਹੇ ਸੁਪਰੀਮ ਕੋਰਟ ਦੇ ਫੈਸਲੇ ਦੇ ਤਹਿਤ, ਕੀ ਜੇਕਰ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ ਤੇ ਸ਼ਰਾਬ ਘੁਟਾਲੇ ਦੀ ਜਾਂਚ ਕਰਾਉਂਗੇ? ਨਹੀਂ, ਜੋ ਜਿਹੜੀ ਜਾਂਚ ਚੱਲ ਰਹੀ ਹੈਗੀ ਜਿੱਥੇ ਪੁੱਜੀ ਹੋਈ ਹੈ ਉਹ ਲੌਜੀਕਲ ਕੰਕਲੂਜਨ ਤੇ ਪੁੱਜੂਗੀ, ਚਾਹੇ ਕਿਸੇ ਦੇ ਖਿਲਾਫ਼ ਵੀ ਹੈਗਾ ਕੋਈ ਦਖਲ ਅੰਦਾਜ਼ੀ ਨਹੀਂ ਹੋਗੀ। ਇਹੀ ਤਾਂ ਕਾਂਗਰਸ ਦੀ ਵਿਲੱਖਣਤਾ ਹੈਗੀ ਹੈ, ਜਿਹੜੇ ਅਦਾਰੇ ਨੇ ਜਮਹੂਰੀਅਤ ਨੂੰ ਕਾਇਮ ਰੱਖਣ ਵਾਸਤੇ, ਉਹਨੂੰ ਸਟੈਂਥਨ ਕਰਨ ਵਾਸਤੇ, ਚਾਹੇ ED ਹੈ, ਚਾਹੇ CBI ਹੈ, ਚਾਹੇ ਉਹ ਕੈਗ ਹੈਗੀ ਹੈ, ਚਾਹੇ ਉਹ ਹੋਰ ਅਦਾਰੇ ਨੇ, ਉਹਨਾਂ ਦੀ ਜਿਹੜੀ ਪ੍ਰਭੂ ਸੱਤਾ ਹੈਗੀ ਹੈ, ਉਹਨਾਂ ਦੀ ਜੋ ਇੰਡੀਪੈਂਡੈਂਸ ਹੈ ਉਹ ਕਾਇਮ ਰੱਖੀ ਜਾਊਗੀ। ਸਰਕਾਰ ਦਖਲ ਅੰਦਾਜ਼ੀ ਨਹੀਂ ਕਰੂਗੀ, ਚਾਹੇ ਸਾਡਾ ਆਪਣਾ ਵੀ ਕਿਉਂ ਨਾ ਹੋਵੇ, ਚਾਹੇ ਲਾਲੂ ਪ੍ਰਸਾਦ ਵੀ ਕਿਉਂ ਨਾ ਹੋਵੇ, ਚਾਹੇ ਤੇਜਸਵੀ ਵੀ ਕਿਉਂ ਨਾ ਹੋਵੇ, ਅਸੀਂ ਉਹਨੂੰ ਮੇਨਟੇਨ ਕਰਾਂਗੇ। ਇਸੇ ਕਰਕੇ ਅਸੀਂ ਕਾਂਗਰਸ ਨੇ ਵਾਅਦਾ ਕੀਤਾ ਕਿ ਅਸੀਂ ਸੰਵਿਧਾਨ ਅਨੁਸਾਰ ਚੱਲਣ ਦਾ ਰਾਜ ਹੈ ਉਹ ਦੇਵਾਂਗੇ ਔਰ ਮੁਲਕ ਨੂੰ ਸਹੀ ਲੀਆਂ ਚਲਾਵਾਂਗੇ। ਜੇ ਡਾਕਟਰ ਸਾਹਿਬ ਖੁਦਾ ਦਾ ਖਾਸ ਨਾਲ ਟਾਰਗੇਟ ਪੂਰਨ ਕਰਾਉਣ ਨੂੰ ਕੋਈ ਨਹੀਂ, ਕੀ ਵਾਰ 350 ਲੈ ਕੇ ਆ ਗਿਆ, ਫਿਰ ਕਾਂਗਰਸ ਪਾਰਟੀ ਇੰਡੀਆ ਗਠਜੋੜ ਨੂੰ ਸੰਵਿਧਾਨ ਦੀ ਲੋਕਤੰਤਰ ਕਿਵੇਂ ਕਰੇਗਾ? ਦੇਖੋ ਮੈਂ ਤੁਹਾਨੂੰ ਦੱਸ ਦਿੰਦਾ, ਕਾਂਗਰਸ ਵੀ ਦੋ ਤਰ੍ਹਾਂ ਦੇ ਲੋਕ ਹੈਗੇ। ਇੱਕ ਹੈਗੇ ਜਿਹੜੇ ਫੌਰੀ ਤੌਰ ਤੇ ਨਤੀਜੇ ਦੇਖਦੇ ਆ ਵੀ ਕੀ ਬਣੂਗਾ ਕੀ ਨਹੀਂ ਬਣੂਗਾ, ਗਾਂਧੀ ਐਂਡ ਰਾਹੁਲ ਗਾਂਧੀ ਦੇ ਆਰ ਫਾਰ 24 ਐਂਡ ਬਿਯੋਂਡ, ਅਸੀਂ 24 ਤੋਂ ਬਾਅਦ ਵੀ ਲੜਨ ਵਾਲੇ ਬੰਦੇ ਹੈਗੇ, ਅਸੀਂ ਲੜਾਂਗੇ 24 ਕੀ 38 ਕੀ 34 ਕੀ, ਜਦ ਤੱਕ ਮਰਦੇ ਨਹੀਂ ਹੈਗੇ ਉਦ ਤੱਕ ਭਾਜਪਾ ਦੇ ਪੈਰ ਨਹੀਂ ਲੱਗਣ ਦਿੰਦੇ, ਲੜਾਂਗੇ ਤੇ ਲੜਕੇ ਲੜਕੇ ਨੂੰ ਹਰਾਵਾਂਗੇ, ਕਬਰਾਂ 'ਚ ਦਫਨਾਵਾਂਗੇ ਭਾਜਪਾ ਨੂੰ, ਤਾਂ ਆਪਾਂ ਚੈਨਾ ਸਾਹ ਲਵਾਂਗੇ। ਨਹੀਂ ਮੈਂ ਨਹੀਂ, ਨਾ ਮੇਰੀ ਮੇਰੀ ਕੋਈ ਮੇਰੀ ਕੋਈ ਜਗ੍ਹਾ ਨਹੀਂ, ਇੱਕ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ, ਇੱਕ ਵਿਸ਼ੇ ਨਾਗਰਿਕ ਹੋਣ ਦੇ ਨਾਤੇ, ਇੱਕ ਚੇਤਨ ਬੁੱਧੀ ਦਿਮਾਗ ਹੋਣ ਦੇ ਨਾਤੇ, ਮੇਰਾ ਫਰਜ਼ ਬਣਦਾ ਕਿ ਜੋ ਗਲਤ ਹੈ ਸਮਾਜ ਵਿੱਚ, ਚਾਹੇ ਉਹ ਧਰਮ ਦੇ ਨਾਂ ਤੇ ਹੈ, ਚਾਹੇ ਜਾਤ ਪਾਤ ਦੇ ਨਾਂ ਤੇ ਹੈ, ਚਾਹੇ ਲਿੰਗ ਦੇ ਨਾਂ ਤੇ ਵਿਤਕਰਾ ਹੈਗਾ, ਚਾਹੇ ਉਹ ਦੇਸ਼ਾਂ ਦੇ ਨਾਂ ਤੇ ਵਿਤਕਰਾ, ਉਹ ਖਤਮ ਹੋਣਾ ਚਾਹੀਦਾ ਔਰ ਸਮਾਜ ਸਾਵਾਂ ਤੇ ਸੁਰੱਖਿਆ ਹੋਣਾ ਚਾਹੀਦਾ। ਇਹ ਮੇਰੀ ਕਮਿਟਮੈਂਟ ਹੁਣ ਤੋਂ ਨਹੀਂ ਹੈ, ਸਨ 71 ਤੋਂ ਜਦੋਂ ਮੈਂ ਵਿਦਿਆਰਥੀ ਜੀਵਨ ਚ ਆਇਆ ਸੀਗਾ। ਹਾਂਜੀ ਜ਼ਰੂਰ, ਮੇਰਾ ਵਾਅਦਾ, ਤੁਸੀਂ ਮੇਰੇ ਗੈਸਟ ਹੋਵੋਗੇ ਉੱਥੇ, ਮੇਰਾ ਕੁਆਟਰ ਤੁਹਾਨੂੰ ਖੁੱਲ੍ਹਾ ਹੈਗਾ ਹੈ, ਤੁਸੀਂ ਮੇਰੇ ਗੈਸਟ ਹੋਵੋਗੇ, ਤੁਹਾਨੂੰ ਸਭ ਨੂੰ ਨਵੀਂ ਲੋਕ ਸਭਾ ਲੈ ਕੇ ਜਾਊਂਗਾ, ਮੇਰਾ ਪ੍ਰੋਮਿਸ ਹੈ।